ਅਮਰੀਕਾ ਦੀ ਰਾਸ਼ਟਰਪਤੀ ਚੋਣਾਂ ਦੇ ਵਿੱਚ ਸਵਾਰ ਭਾਰਤੀ ਅਮਰੀਕੀ ਭਾਈਚਾਰੇ ਦੀ ਗਹਿਰੀ ਦਿਲਚਸਪੀ ਬਣੀ ਹੋਈ ਹੈ ਪ੍ਰੈਜ਼ੀਡੈਂਟ ਟਰੰਪ ਦੇ ਭਾਰਤ ਨਾਲ ਦੋਸਤਾਨਾ ਸਬੰਧਾਂ ਤੋਂ ਚਲਦੇ ਆ ਰਿਪਬਲਿਕਨ ਪਾਰਟੀ ਨੂੰ ਭਾਰਤੀ ਅਮਰੀਕੀ ਵੋਟਰਾਂ ਦਾ ਝੁਕਾਅ ਸਾਫ਼ ਨਜ਼ਰ ਆ ਰਿਹਾ ਪਰ ਅਮਰੀਕਾ ਦੀ ਚੋਣ ਰਾਜਨੀਤੀ ਅਤੇ ਭਾਰਤ ਅਮਰੀਕੀ ਸਬੰਧਾਂ ਨੂੰ ਜਲੋਕ ਲੰਬੇ ਸਮੇਂ ਤੋਂ ਬਰੀਕੀ ਨਾਲ ਵੇਖਦੇ ਆਰ ਨੇ ਉਸ ਬਾਰੇ ਕਿਸ ਤਰ੍ਹਾਂ ਦੀ ਰਾਏ ਰੱਖਦੇ ਨੇ ਇਹ ਜਾਣਨ ਲਈ ਸਾਡੇ ਸਹਿਯੋਗੀ ਸੁਖਪਾਲ ਸਿੰਘ ਤਰੁਆ ਨੇ ਵਾਸ਼ਿੰਗਟਨ ਡੀਸੀ ਤੋਂ ਅਮਰੀਕਾ ਦੇ ਪ੍ਰਸਿੱਧ ਕਾਰੋਬਾਰੀ ਰਣਵੀਰ ਤਰੇਹਾਨ ਨਾਲ ਖਾਸ ਗੱਲਬਾਤ ਕੀਤੀ ਅਮਰੀਕਾ ਦੇ ਵਿੱਚ ਵਾਈਟ ਹਾਊਸ ਲਈ ਰੇਸ ਹੁਣ ਕਾਫੀ ਤੇਜ਼ ਹੋ ਗਈ ਹੈ ਜਿਉਂ-ਜਿਉਂ ਇਹ ਰੇਸ ਤੇਜ਼ ਹੋ ਰਹੀ ਹੈ ਮੁੱਦੇ ਵੀ ਗਰਮਾ ਰਹੇ ਨੇ ਸਾਡੇ ਨਾਲ ਨੇ ਰਣਵੀਰ ਤਰੇਹਨ ਜਿਹੜੇ 64 ਚ ਇਥੇ ਆਏ ਔਰ ਲਗਾਤਾਰ ਡੈਮੋਕ੍ਰੈਟਿਕ ਅਡਿਆਲੋਜੀ ਨੂੰ ਇਹ ਲੈ ਕੇ ਚੱਲ ਰਹੇ ਨੇ ਪੇਸ਼ੇਵਰ ਜੋ ਬੇਸ਼ੱਕ ਕਿ ਇਲੈਕਟ੍ਰੀਕਲ ਇੰਜੀਨੀਅਰ ਤੇ ਜਨਾ ਨੇ ਕੰਪਿਊਟਰ ਨੈਟਵਰਕਿੰਗ ਦੇ ਵਿੱਚ ਇਥੇ ਕਾਫੀ ਵੱਡਾ ਨਾਂ ਬਣਾਇਆ ਹੈ ट्रेंस साहब ਤੁਸੀਂ 64 ਤੋਂ ਔਨਵਰਡਸ ਸਾਰੀਆਂ ਇਲੈਕਸ਼ਨਸ ਦੇਖੀਆਂ ਨੇ ਇਹ ਇਲੈਕਸ਼ਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੋਸਟ ਇੰਪੋਰਟੈਂਟ ਇਲੈਕਸ਼ਨ ਆਫ ਮਾਈ ਲਾਈਫ ਐਂਡ ਆਫ ਮਾਈ ਚਿਲड्रनਸ ਲਾਈਫ ਐਂਡ ਆਈ ਥਿੰਕ एवरीवन शुड वोट फॉर द डेमोक्रेटिक ਟਿਕਟ ਥਿਸイヤー ਕਿਉਂ ਡੈਮੋਕਰਟ ਕਿਉਂਕਿ ਮਿਸਟਰ 트ੰਪ ਇਜ਼ ਅਨਫਿਟ ਫॉर द प्रेसिडेंसी ਹੀ ਲਾਈਜ਼ ਹੀ ਇਜ਼ ਕਰਪਟ ਹੀ ਹੈਜ਼ ਨੋ ਰਿਸਪੈਕਟ ਫॉर द ਕਨਸਟੀਟਿਊਸ਼ਨ ਹੀ has no policies that are consistent and he does no vision for the country he does not have a machine and a whole apparatus to run the country lies means to see kafi bada doosla rahe ho. khetar de vich de dekho, ji, coronavirus which lie ਕਾਲਪਤ ਕਿਤਾਬ ਚ ਆਇਆ ਕਿ ਇਹ ਦਸ ਰਹੇ ਹੋ ਕਿ ਇਹ ਬਹੁਤ ਵੱਡੀ ਚੀਜ਼ ਹੈ ਬਹੁਤ ਖਤਰਨਾਕ ਚੀਜ਼ ਹੈ ਲੇਕਿਨ ਦੂਸੀ ਪਬਲਿਕ ਨੂੰ ਉਸ ਵੇਲੇ ਕਹਿ ਰਹੇ ਹੋ ਇਹ ਤਾਂ ਹੋਕਸ ਹੈ ਇਹ ਤਾਂ ਕੱਲ ਉੱਡ ਜਾਊਗਾ ਉਹ ਗਰਮੀਆਂ ਨਾਲ ਦੂਰ ਹੋ ਜਾਊਗਾ ਸੋ ਦੈਟਸ ਅ ਬਿਗ ਲਾਇ ਐਕਸਟ੍ਰੀਮਲੀ ਬਿਗ ਲਾਇ ਦੈਟ ਕਾਸਟ ਦ ਕੰਟਰੀ ਮੇਬੀ 100000 ਲਾਈਸ ਮੇਬੀ 150000 ਲਾਈਸ ਕ腐ਸ਼ਨ ਕਿਹੜੇ ਖੇਤਰ ਦੇ ਵਿੱਚ ਦੇਖੋ ਜੀ ਕ腐ਸ਼ਨ ਅਗਰ ਤੁਸੀਂ ਯੂਕਰੇਨ ਰਸ਼ਾਤ ਲੈ ਰਹੇ ਹੋ ਹੈਲਪ और यूक्रेन नाल कर रहे हो दैट्स अ वेरी करप्ट एक्ट ती अपने लोगों को कह रहे हो कि मेरा पर्सनल बेनिफिट करो राधर दैन देश का बेनिफिट करो और जस्टिस डिपार्टमेंट डस थिंग्स फॉर हिम पर्सनली राधर दैन फॉर द कंट्री दैट इज़ ऑल करप्ट फर गैट द करप्शन इन हिज प्राइवेट बिजनेस बिफोर विच द न्यूयॉर्क डिस्ट्रिक्ट अटर्नी इज़ लुकिंग इन टू प्राइम मिनिस्टर मोदी केंद्र फॉर मोर ईयरस फॉर ट्रंप So, to you, being an Indian Prime Minister Modi, not even know. with say Do you respect to Prime Minister Modi, who I admire for his decisiveness and for his uh, patriotism and for setting an example of no corruption and for his dedication? I admire him for all that. I beg to disagree that he should get involved in American politics. I think that's a mistake. A Democrat, Joe supporter? ਇਹ ਉਹਨਾਂ ਦੇ ਵਿਚਾਰ ਨੇ ਸਾਡੇ ਦਰਸ਼ਕਾਂ ਨੂੰ ਅਸੀਂ ਵੱਖ-ਵੱਖ ਪਾਰਟੀਆਂ ਦੇ ਜਿਹੜੇ ਸਪੋਰਟਰ ਨੇ ਉਹਨਾਂ ਦੇ ਵਿਚਾਰ ਲੈ ਕੇ ਕੋਸ਼ਿਸ਼ ਕਰ ਰਹੇ ਹਾਂ ਤੁਹਾਡੇ ਤੱਕ ਪਹੁੰਚਦਾ ਕਰੀਏ ਚੋਣ ਤੁਹਾਡੀ ਹੈ ਪਰ ਅਸੀਂ ਆਪਣੇ ਵੱਲੋਂ ਇਹ ਜ਼ਰੂਰ ਕਵਾਂਗੇ ਕਿ ਨਿਕਲੋ ਤੇ ਵੋਟ ਜ਼ਰੂਰ ਪਾਓ ਚਾਹੇ ਉਹ ਮੇਲ ਰਾਹੀਂ ਵੋਟ ਕਰੋ ਜਾਂ ਇਨ ਪਰਸਨ ਵੋਟ ਕਰੋ ਪਰ ਤੁਹਾਡੀ ਵੋਟ ਮੈਨੇ ਰੱਖਦੀ ਹੈ ਇਸ ਦੇਸ਼ ਦੀ ਰਾਜਨੀਤੀ ਨੂੰ ਕਿਸੇ ਨਵੀਂ ਦਿਸ਼ਾ ਵੱਲ ਲਿਜਾਣ ਲਈ ਇਹ ਨਵੀਂ ਦਿਸ਼ਾ ਤੁਸੀਂ ਕਿਸ ਨੂੰ ਚੁਣ ਕੇ ਦਿੰਦੇ ਹੋ ਇਹ ਆਉਂਦੇ ਦਿਨਾਂ ਦੇ ਵਿੱਚ ਸਾਡੇ ਸਾਰਿਆਂ ਲਈ ਵੇਖਣਾ ਹੋਵੇਗਾ ਸੁਖਪਾਲ ਸਿੰਘ ਤਨਵਾ ਵਾਸ਼ਿੰਗਟਨ ਡੀਸੀ ਬਿਊਰੋ ਪੀਟੀਸੀ ਨਿਊਜ਼